ਪੱਤਰਕਾਰੀ ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੀ ਜਾਂਦੀ ਹੈ ਪਰ ਦਿਨੋ ਦਿਨ ਦੇਸ਼ ਅੰਦਰ ਪੱਤਰਕਾਰਾਂ ਤੇ ਹਮਲਾ ਹੋਣਾ ਬਹੁਤ ਹੀ ਨਿੰਦਾਯੋਗ ਹੈ। ਬੀਤੇ ਦਿਨ ਬੈਂਗਲੌਰ ਵਿਖੇ ਮਹਿਲਾ ਪੱਤਰਕਾਰ ਗੋਰੀ ਲੰਕੇਸ਼ ਤੇ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ। ਇਸ ਗੁੰਡਾਗਰਦੀ ਦੇ ਖਿਲਾਫ ਨਾਭਾ ਪ੍ਰੈਸ ਕਲੱਬ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਫੜ ਕੇ ਉਹਨਾਂ ਖਿਲਾਫ ਦੇਸ਼ ਦਰੋਹ ਦਾ ਪਰਚਾ ਦਰਜ ਕਰਨ ਤੋਂ ਇਲਾਵਾ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਗਈ। ਨੇੜੇ ਰਾਜਾ ਰਾਜੇਸ਼ਵਰੀ ਨਗਰ ਵਿਖੇ ਵਸਦੀ ਇੱਕ ਔਰਤ ਪੱਤਰਕਾਰ ਲੰਕੇਸ਼ ਗੌਰੀ ਲੰਕੇਸ਼ 'ਤੇ ਜੋ ਉਸਦੇ ਘਰ 'ਚ ਜਬਰਨ ਵੜ ਕੇ ਗੋਲੀਆਂ ਚਲਾਈਆਂ ਗਈਆਂ ਅਤੇ ਉਹਦੀ ਮੌਤ ਹੋ ਗਈ ਹੈ, ਉੱਥੇ ਸਮੁੱਚਾ ਪ੍ਰੈਸ ਕਲੱਬ ਉਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ ਅਤੇ ਮੰਗ ਕਰਦਾ ਵੀ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਜੋ ਇਹ ਘਟਨਾਕ੍ਰਮ ਹੈ ਇਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਆਇਆ ਕਿ ਪੱਤਰਕਾਰਾਂ ਦੇ ਉੱਤੇ ਆਏ ਦਿਨ ਹਮਲੇ ਕੀਤੇ ਜਾ ਰਹੇ ਨੇ। ਜੇ ਆਪਾਂ ਗੱਲ ਕਰੀਏ ਤਾਂ ਇਹ ਮਸਲਾ ਹੁਣ ਇਕੱਲੇ ਕੋਈ ਇੱਕ ਸਟੇਟ ਦੇ ਲਾਅ ਐਂਡ ਆਰਡਰ ਦਾ ਰਿਹਾ ਨਹੀਂ। ਪਿਛਲੇ ਕੁਝ ਅਰਸੇ ਦੇ ਵਿੱਚ 2015 ਦੇ ਵਿੱਚ ਹੀ ਇਕੱਲੇ ਯੂਪੀ ਦੇ ਵਿੱਚ 4 ਪੱਤਰਕਾਰਾਂ ਦੀ ਮੌਤ ਹੋਈ ਹੈ। ਹੁਣ ਪਿਛਲੇ ਦਿਨ ਹੀ ਰਾਮਚੰਦਰ ਛਤਰਪਤੀ ਦੀ ਮਰਡਰ ਦਾ ਵੀ ਮਸਲਾ ਪੂਰੀ ਤਰ੍ਹਾਂ ਉਠਾਇਆ ਗਿਆ ਅਤੇ ਬਿਹਾਰ ਦੇ ਵਿੱਚ ਵੀ ਪਿਛਲੇ ਸਾਲ ਇੱਕ ਪੱਤਰਕਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਨਾਭਾ ਤੋਂ ਬ੍ਰਿਜ ਖੁਰਾਨਾ ਦੀ ਰਿਪੋਰਟ, ਚੈਨਲ 2।